नाले वो तेनू कहूगा तू मुंह ते चपेड़ा मार ला, तू मार लेगा यार ब्रो। ਤੁਸੀਂ ਮੈਨੂੰ ਪੜ ਲਓ, ਤੁਸੀਂ ਮੇਰੇ ਜੁੱਤੀਆਂ ਮਾਰ ਲਓ, ਪਰ ਜੈਨੂਇਨਲੀ ਮੈਂ ਬਿਲਕੁਲ ਇਨਵੋਲਵ ਨਹੀਂ ਸੀ ਯਾਰ। ਮੇਰਾ ਪਿਓ ਆ ਯਾਰ ਬ੍ਰੋ, ਤੂੰ ਖੋਤਾ ਸੋਚ ਯਾਰ, ਤੂੰ ਗੱਲਾਂ ਪੈ ਮੈਨੂੰ ਮਿਲੇ ਤਾਂ ਸੀ ਸਾਲਾ ਦੀਪਕ ਸ਼ੀਪਕ ਜਿਹੜਾ ਵੀ ਆ ਪੈ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕਰਾਤਾ। ਵਿੱਚ ਬੋਲੋ ਤੁਸੀਂ, ਰਹਿਣ ਦੋ, ਸਾਡੇ ਦੋਵਾਂ ਸਕਿਆਂ 'ਚ ਲੜਾਈਆਂ ਪਈ ਜਾਂਦੇ ਤੁਸੀਂ। ਤੇਰਾ ਬਣੂ, ਮੇਰਾ ਬਣੂ, ਕਿਹਦਾ ਬਣੂ, ਉਹਦਾ ਬਣੂ, ਸਭ ਦਾ ਬਣੂਗਾ। दीपक जी ने किया मुर्गा ठीक है, कुछ टाइमली ठीक लगता है ना, तू समझदा साले चलाउणो ही नहीं हटन दे यार, मतलब और प्लस ਤੁਹਾਨੂੰ ਵੀ ਥੋੜਾ ਜਿਹਾ ਦੇਖਣਾ ਚਾਹੀਦਾ ਯਾਰ, ਤੈਨੂੰ ਪਤਾ ਡੈਡੀ ਜੀ ਇਦਾਂ ਦੇ ਨਹੀਂ ਆ ਹਨਾ, ਇਟ ਡਸਨਟ ਲੁੱਕ ਨਾਈਸ ਬ੍ਰੋ ਯਾਰ। ਨਹੀਂ ਤੋ ਜੀ, ਨਹੀਂ ਵੀਰੇ ਮੈਨੂੰ 100% ਤੁਹਾਡੀ ਗੱਲ ਨਾਲ ਐਗਰੀਮੈਂਟ ਹੈ, ਮੈਂ ਆਪ ਬਿਲਕੁਲ ਨਹੀਂ ਚਾਹੁੰਦਾ ਸੀ ਇਹ ਚੀਜ਼ ਹੋਵੇ, ਉਹਨਾਂ ਨੇ ਧੱਕੇ ਨਾਲ ਕਰਵਾਈ ਇੱਕ ਤਰ੍ਹਾਂ ਦੀ। ਹਾਂਜੀ ਕੀ ਕੀ ਮੈਂ ਭਾਜੀ ਨਾਲ ਬਹੁਤ ਨੇੜੇ ਆ, ਜਨਰਲੀ ਉਹ ਕਹਿੰਦੇ ਵੀ ਧੱਕੇ ਨਾਲ ਕਰਵਾਈ ਆ ਮੇਰੇ ਕੋਲੋਂ ਇਹ। ਯਾਰ ਅਲਾਪ ਤੂੰ ਸੋਚ ਯਾਰ, ਜੇ ਮੈਨੂੰ ਕੋਈ ਚਾਚੀ ਜੀ ਬਾਰੇ ਕੋਈ ਕਵੇ ਇੱਦਾਂ ਫੋਨ ਕਰਕੇ, ਮੈਂ ਤਾਂ ਕਦੀ ਨਹੀਂ ਕਰੂੰਗਾ ਯਾਰ, ਤੁਹਾਡੀ ਕੌਨਸ਼ੀਅਸ ਕਿਤੇ ਖਲਾਉ ਕਰਦੀ। ਨਾਲੇ ਉਹ ਤੈਨੂੰ ਕਹੂਗਾ ਤੂੰ ਮੂੰਹ ਤੇ ਚਪੇੜਾ ਮਾਰ ਲਾ, ਤੂੰ ਮਾਰ ਲੇਗਾ ਯਾਰ ਬ੍ਰੋ। ਨਹੀਂ ਭਾਜੀ ਇਹ ਤਾਂ ਤੁਹਾਡੀ ਗੱਲ ਬਿਲਕੁਲ ਜੈਨੂਇਨ ਆ, ਮੈਂ ਤਾਂ ਬਹੁਤ ਤੂੰ ਐਟਲੀਸਟ ਯਾਰ ਮੈਨੂੰ ਫੋਨ ਕਰ ਲੈਂਦਾ ਪਹਿਲਾਂ ਤੇ ਕਿ ਵੀਰੇ ਇਦਾਂ ਪਲਾਨ ਕਰੀ ਜਾਂਦੇ ਆ, ਤੁਸੀਂ ਮਾੜਾ ਜਿਹਾ ਦੱਸ ਦਿਓ। ਉਹ ਤੈਨੂੰ ਪਤਾ ਡੈਡੀ ਦਾ ਵਿਚਾਰਾ ਤੈਨੂੰ ਲੱਗਿਆ ਸੀ ਕਾਲ ਕਰਨ ਯਾਰ, ਮੈਨੂੰ ਪਤਾ ਕੀ ਗੱਲ, ਮੈਨੂੰ ਸਭ ਤੋਂ ਜ਼ਿਆਦਾ ਵੱਟ ਚੜਿਆ ਮੈਨੂੰ ਇੰਡਸਟਰੀ ਵਾਲੇ ਕਰਦੇ ਪਏ ਆ ਕਿ ਭਾਜੀ ਤੂੰ ਤੜਨਾ ਤਾਂ ਇੰਨਾ ਪਿਆਰ ਸੀ ਤੁਹਾਨੂੰ ਦੱਸਿਆ ਨਹੀਂ ਉਹਨੇ ਯਾਰ, ਤੂੰ ਮੈਨੂੰ ਯਾਰ ਉੱਪਰੋਂ ਤੂੰ ਮੈਨੂੰ ਤੂੰ ਗੱਲਾਂ ਦੀ ਐਕਸਪਲੇਨੇਸ਼ਨ ਦੇਈ ਜਾ ਰਿਹਾ ਯਾਰ ਅਲਾਪ। ਮੈਂ ਵੀਰੇ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ, ਤੁਹਾਡੇ ਤੁਹਾਡਾ ਬੱਚਾ ਤੁਸੀਂ, ਤੁਹਾਡਾ ਜੋ ਹੁਕਮ ਹੈ ਤੁਸੀਂ ਦੱਸੋ, ਮੈਂ ਭਾਜੀ ਨਾਲ ਗੱਲ ਕਰਾਂ, ਮੂਵ ਕਰਾ ਦਈਏ ਵੀਡੀਓ, ਤੁਸੀਂ ਹੁਕਮ ਕਰੋ। ਯਾਰ ਮੇਰਾ ਪਿਓ ਆ ਯਾਰ ਬ੍ਰੋ, ਤੂੰ ਖੋਤਾ ਸੋਚ ਯਾਰ, ਤੂੰ ਗੱਲਾਂ ਪੈ ਮੈਨੂੰ ਮਿਲੇ ਤਾਂ ਸੀ ਸਾਲਾ ਦੀਪਕ ਸ਼ੀਪਕ ਜਿਹੜਾ ਵੀ ਆ ਪੈ, ਇਹ ਥੋੜੀ ਗੱਲ ਹੋਈ ਯਾਰ। ਇਸ ਗੱਲ 'ਚ ਜਿਹੜੇ ਦੀਪਕ ਭਾਜੀ ਕਸੂਰਵਾਰ ਨੇ ਤੁਸੀਂ ਉਹਨਾਂ ਨੂੰ ਕਹੋ, ਜਿਹੜੇ ਕਸੂਰਵਾਰ ਆ ਮਾਮਾ ਉਹ ਕੀ ਜਾਂਦੇ, ਉਹਨਾਂ ਨੇ ਕਿਹਾ ਭਾਜੀ ਸਾਨੂੰ, ਅਸੀਂ ਕੀ ਕਰੀਏ, ਉਹਨਾਂ ਦੀ ਪਰਮਿਸ਼ਨ ਲੈ ਕੇ ਕੀਤਾ। ਤੁਸੀਂ ਮੈਨੂੰ ਪੜ ਲਓ, ਤੁਸੀਂ ਮੇਰੇ ਜੁੱਤੀਆਂ ਮਾਰ ਲਓ, ਪਰ ਜੈਨੂਇਨਲੀ ਮੈਂ ਬਿਲਕੁਲ ਇਨਵੋਲਵ ਨਹੀਂ ਸੀ, ਤੁਸੀਂ ਮੂੰਹ ਤੇ ਗੱਲ ਕਰਾ ਦਿਓ ਮੇਰੀ ਭਾਜੀ ਨਾਲ ਚਾਹੇ, ਆਈ ਸਵੇਅਰ ਟੂ ਗੋਡ ਮੈਂ ਬਿਲਕੁਲ ਇਨਵੋਲਵ ਨਹੀਂ ਸੀ, ਮੈਨੂੰ ਸਿਰਫ ਤੁਸੀਂ ਲਾ ਲਓ ਇੱਕ ਕਰਨਾ ਪੈ ਗਿਆ ਫੋਰ ਦ ਮੂਮੈਂਟ ਫੋਰ ਦ ਸੇਕ, ਮੈਂ ਉਹਨਾਂ ਨੂੰ 100% ਕਿਹਾ, ਮੈਂ ਕਿਹਾ ਨਹੀਂ ਮੈਂ ਰੋਕ ਉਹਨੂੰ ਕਾਨਫਰੰਸ ਲਾਉਣਾ, ਰੋਕ ਇੱਕ ਮਿੰਟ, ਮੈਂ ਉਹਨੂੰ ਕਾਨਫਰੰਸ ਲਾਉਣਾ, ਕਾਨਫਰੰਸ ਲਾਉਣਾ ਇੱਕ ਮਿੰਟ, ਇੱਕ ਮਿੰਟ ਅਲਾਪ ਮੈਨੂੰ ਉਹਨੂੰ ਕਾਨਫਰੰਸ ਲੈਣ ਦੇ ਉਹਨੂੰ ਦੀਪਕ ਨੂੰ। ਹਾਂਜੀ ਹਾਂਜੀ ਇੱਕ ਮਿੰਟ, ਕੀ ਦੋਗੇ ਮੈਨੂੰ ਬਸ ਇੰਨਾ ਦੱਸ ਦੇ ਕਿੰਨੇ ਕਹਿ ਸੀ, ਮੈਂ ਨਾ ਉਹ ਅਲਾਪ ਕਹਿ ਰਿਹਾ ਸੀ। ਆਹ ਕਾਨਫਰੰਸ ਲਾਓ, ਕਿੱਦਾਂ ਲੱਗੂਗੀ? ਹੈਲੋ 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 ਲੱਗ ਗਈ ਅਲਾਪ? ਹਾਂਜੀ ਭਾਜੀ, ਆਹ ਦੀਪਕ ਨਾਲ ਆ, ਦੀਪਕ ਹੁਣ ਦੱਸ ਬ੍ਰੋ ਕੀ ਹੋਇਆ ਸੀਗਾ? ਭਾਜੀ ਉਹ ਪ੍ਰੈਂਕ ਸੀਗਾ, ਇੱਕ ਮਜ਼ਾਕ ਯਾਰ, ਪ੍ਰੈਂਕ ਕੋਈ ਹੱਦ ਦਾ ਹੁੰਦਾ, ਤੂੰ ਬੰਦਾ ਬੁੰਦਾ ਤਾਂ ਦੇਖ ਯਾਰ, ਕਿਹਦੇ ਨਾਲ ਪ੍ਰੈਂਕ ਕਰ ਰਹੇ ਤੁਸੀਂ? ਮੈਨੂੰ ਸੀਗਾ ਨੂਰੀ ਮੈਮ ਦੇ, ਤੁਹਾਨੂੰ ਕਿਹਾ ਕਹਿੰਦੇ ਸੀਗਾ ਪਹਿਲਾਂ ਦੱਸ? ਅਲਾਪ ਨੇ ਤਾਂ ਉਹਨਾਂ ਨੇ ਅਲਾਪ, ਅੱਛਾ ਠੀਕ ਠੀਕ ਹੈ ਦੀਪਕ ਭਾਜੀ, ਜਿੰਦੇ ਰਹੋ, ਵੈਸੇ ਵੈਰੀ ਗੁੱਡ, ਸ਼ਾਬਾਸ਼, ਬਹੁਤ ਅੱਛੇ। ਭਾਜੀ ਕੀ ਹੋਇਆ? ਮੈਂ ਕਿਹਾ ਸੀ ਨਾ ਤੁਹਾਨੂੰ, ਮੈਂ ਆਈਡੀਆ ਦਿੱਤਾ ਸੀ ਨਾ ਤੁਹਾਨੂੰ ਵੀ ਆਹ ਕੰਮ ਕਰੋ ਤੁਸੀਂ। ਹਾਂ ਭਾਜੀ ਪਰ ਪ੍ਰੈਂਕ ਸੀ ਕੋਈ ਬ੍ਰੋ, ਪ੍ਰੈਂਕ ਬੰਦੇ ਬੰਦੇ ਨਾਲ ਹੁੰਦਾ, ਮੇਰਾ ਅਲਾਪ ਤਾਂ ਕਰਦੇ ਤੂੰ ਪ੍ਰੈਂਕ, ਠੀਕ ਹੈ ਕੋਈ ਏਜ ਦਾ ਹੁੰਦਾ ਥੋੜਾ ਬਹੁਤਾ ਤਾਂ ਦੇਖ ਯਾਰ, ਸੀ ਉਹ ਸੀਨੀਅਰ ਬੰਦੇ ਸੀ, ਉਹਨਾਂ ਦਾ ਬਣਦਾ ਹੀ ਨਹੀਂ ਹੈਗਾ ਪ੍ਰੈਂਕ ਕਰਨਾ, ਉਹਨਾਂ ਨੂੰ ਮਨਾ ਨਹੀਂ ਸੀ ਕੀਤਾ ਅਲਾਪ ਇਹਨਾਂ ਨੂੰ ਨਹੀਂ ਬਣਦਾ ਅਲਾਪ ਭਾਜੀ, ਫਿਰ ਤੁਸੀਂ ਉਸ ਦਿਨ ਨਹੀਂ ਮਨਾ ਕੀਤਾ ਉਦੋਂ ਹੀ ਕਹਿ ਦਿੰਦੇ ਭਾਜੀ, ਮੈਂ ਕੀਤਾ ਨਾ ਮਨਾ ਤੁਹਾਡੇ ਸਾਹਮਣੇ, ਤੁਸੀਂ ਇਹ ਦੱਸੋ ਭਾਜੀ ਮੈਂ ਕਿਹੜਾ ਬੰਦੂਕ ਰੱਖੀ ਸੀ, ਮੈਂ ਮਨਾ ਕੀਤਾ ਕਿ ਨਹੀਂ ਕੀਤਾ? ਮੈਂ ਬੰਦੂਕ ਰੱਖੀ ਸੀਗੀ ਕਿ ਨਹੀਂ ਕਰੂੰਗੇ ਤਾਂ, ਇਹ ਤਾਂ ਤੁਸੀਂ ਸਾਰੀ ਗੱਲ ਮੇਤੇ ਪਾ ਰਹੇ ਹੋ, ਮੈਮ ਨਾ ਕਰ ਲਓ, ਜੱਸੀ ਭਾਈ ਜੱਸੀ ਚਾਚੀ ਜੀ ਨਾ ਕਰ ਲਓ ਹਨਾ, ਉਹਨਾਂ ਨਾਲ ਭਾਜੀ ਤੁਸੀਂ ਮੇਰੇ ਤੇ ਗੱਲ ਨਾ ਪਾਓ, ਯੁਵਰਾਜ ਭਾਈ ਨਾ ਕਰ ਲਓ, ਸਲਾਹ ਨਹੀਂ ਹੋਇਆ ਨਾ ਭਾਜੀ, ਤੁਸੀਂ ਸਾਰੀ ਗੱਲ ਮੇਤੇ ਕਿਉਂ ਪਾ ਰਹੇ ਹੋ? ਅੱਛਾ ਮੇਰੀ ਸਲਾਹ ਸੀਗੀ, ਇੱਕ ਮਿੰਟ ਦੱਸੋ, ਮੈਂ ਕਿਹਾ ਸੀ ਵੀ ਹਾਂ ਕਰ ਦਿਓ ਕੋਈ, ਹਾਂਜੀ ਭਾਜੀ ਮੈਂ ਤੁਹਾਨੂੰ ਮਨਾ ਕਰਦਾ ਰਿਹਾ ਐਂਡ ਤੱਕ, ਮੈਂ ਕਿਹਾ ਨਾ ਕਰੋ ਨਾ ਕਰੋ, ਬਹੁਤ ਡਰ ਹੈ ਮੈਨੂੰ ਇਸ ਗੱਲ ਦਾ, ਕਿਉਂਕਿ ਮੇਰਾ ਫੈਮਿਲੀ ਰਿਲੇਸ਼ਨ ਆ, ਬਹੁਤ ਸਾਲਾਂ ਤੋਂ ਫੈਮਿਲੀ ਰਿਲੇਸ਼ਨ ਆ ਮੇਰਾ, ਤਾਊ ਜੀ ਨਾਲ ਵੀ ਔਰ ਭਾਜੀ ਉਹਨਾਂ ਨਾਲ ਵੀ, ਇਹੀ ਤੁਸੀਂ ਕਿਹਾ ਸੀ ਫੈਮਿਲੀ ਰਿਲੇਸ਼ਨ ਹੈ, ਕਰ ਲੈਂਦੇ ਆ, ਕੋਈ ਨਹੀਂ ਮੈਂ ਸਮਝਾ ਲੂੰਗਾ। ਹਾਂ ਯਾਰ ਅਲਾਪ ਤੂੰ ਕਹੀ ਜਾ ਰਿਹਾ ਮੈਂ ਮਨਾ ਕੀਤਾ, ਉਹ ਕਹੀ ਜਾ ਰਿਹਾ ਅਲਾਪ ਨੇ ਕੀਤਾ, ਹੁਣ ਮੈਂ ਕਿਹਦੀ ਮੰਨਾ ਯਾਰ, ਤੂੰ ਗੱਲ ਦੱਸ ਦੀਪਕ ਦੱਸ ਯਾਰ, ਪਹਿਲਾਂ ਤੋਂ ਜਾਣਦਾ ਕਿ ਦੀਪਕ ਨੂੰ ਪਹਿਲਾਂ ਤੋਂ ਜਾਣਦਾ ਯਾਰ, ਦੀਪਕ ਮੈਨੂੰ ਕੱਲ ਤੋਂ ਜਾਣਦਾ ਬੰਦਾ ਉਹ, ਭਾਜੀ ਮੈਂ ਬੰਦੂਕ ਰੱਖਤੀ ਸੀਗੀ ਕਿ ਕਰੋ ਕਰੋ, ਮੇਰੇ ਵੱਡੇ ਭਰਾ ਰੱਬ ਵਾਂਗੂ ਮੈਨੂੰ, ਭਾਜੀ ਵੱਡੇ ਭਰਾ ਮੈਨੂੰ ਪਤਾ ਉਸ ਦਿਨ ਤੁਸੀਂ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕਰਾਤਾ, ਵਿੱਚ ਬੋਲੋ ਤੁਸੀਂ, ਰਹਿਣ ਦੋ, ਸਾਡੇ ਦੋਵਾਂ ਸਕਿਆਂ 'ਚ ਲੜਾਈਆਂ ਪਈ ਜਾਂਦੇ ਤੁਸੀਂ, ਭਾਜੀ ਮੈਂ ਲੜਾਈ ਨਹੀਂ ਪਾ ਰਿਹਾ, ਮੈਂ ਗੱਲ ਕਲੀਅਰ ਕਰ ਰਿਹਾ, ਤੁਹਾਨੂੰ ਮੈਂ ਪਹਿਲਾਂ ਮਨਾ ਕੀਤਾ ਸੀ ਵੀ ਤਾਊ ਜੀ ਦਾ ਪ੍ਰੈਂਕ ਨਾ ਕਰੋ, ਫਿਰ ਭਾਜੀ ਮੈਂ ਬੰਦੂਕ ਰੱਖਤੀ ਸੀ,
ਯਾਰ ਬੰਦੂਕ ਰੱਖੀ ਨਾ ਰੱਖੀ ਹੋਵੇ ਹੁਣ ਤੁਹਾਡਾ ਮੇਰੇ ਫਾਦਰ ਦੀ ਗੱਲ ਆ, ਤੂੰ ਕੀ ਗੱਲਾਂ ਕਰ ਰਿਹਾ ਯਾਰ? ਫੇਰ ਉਹੀ ਨੈਣੇ ਵਾਲੀਆਂ ਗੱਲਾਂ ਤੂੰ, ਇਨਸਟੈਡ ਆਫ ਸੇਇੰਗ ਸੌਰੀ ਤੂੰ ਕਹਿ ਦੇਂਗੇ ਵੀਰੇ ਮੇਰੇ ਤੋਂ ਗਲਤੀ ਹੋ ਗਈ, ਚਲੋ ਕੋਈ ਨਾ ਅੱਗੇ ਧਿਆਨ ਰੱਖਾਂਗੇ। ਜ਼ਿੰਦਗੀ ਸੌ ਲੱਗੇ ਮੈਂ ਕਦੇ ਮਿਰਚੀ ਨਹੀਂ ਵੜਨਾ ਔਰ ਤੁਹਾਨੂੰ ਵੀ ਸਮਝ ਤੁਸੀਂ ਕਦੇ ਦੁਬਾਰਾ ਇਹਨਾਂ ਤੇ ਕਦੇ ਆਓ। ਇੱਕ ਮਿੰਟ, ਮੈਂ ਕਿੱਥੇ ਆਇਆ ਇਹਨਾਂ ਦੇ? ਮੈਂ ਤਾਂ ਦਿਨ ਕਾਨਫਰੰਸ ਚ ਆਇਆ, ਮੈਂ ਮਿਰਚੀ ਦੇ ਜ਼ਿੰਦਗੀ ਚ ਕੋਈ ਪ੍ਰੀਮੀਅਰ ਹੋਵੇ ਕੁਛ ਹੋਵੇ ਕੁਛ ਨਹੀਂ, ਇਹਨਾਂ ਦੇ ਨਾਲ ਕੋਈ ਡਿਸਕਸ਼ਨ ਨਹੀਂ ਕਰਨੀ, ਇਹ ਹਮੇਸ਼ਾ ਇੱਦਾਂ ਲੜਾਈਆਂ ਪਾਉਂਦੇ ਨੇ। ਇੱਕ ਮਿੰਟ ਭਾਜੀ ਮੇਰੀ ਗੱਲ ਸੁਣੋ, ਹੁਣ ਮੈਂ ਯੁਵਰਾਜ ਭਾਜੀ ਨੂੰ ਕਹਿੰਦਾ ਵਾਂ ਕਿ ਯੁਵਰਾਜ ਭਾਜੀ ਤੁਸੀਂ ਨੂਰੀ ਮੈਮ ਦਾ ਬਣਾਓ, ਇਹ ਬਣਾਉਣਗੇ, ਇਹਨਾਂ ਦੀ ਪਰਮਿਸ਼ਨ ਨਾਲ ਹੀ ਬਣੇਗਾ ਨਾ? ਯਾਰ ਭਾਜੀ ਮੇਰੀ ਗੱਲ ਸੁਣੋ, ਗੱਲ ਇੱਥੇ ਆ ਕਿ ਤੁਸੀਂ ਮੈਨੂੰ ਜੋ ਮੈਨੂੰ ਇਨਸਟਰਕਸ਼ਨ ਦਿੱਤੀ ਹੈ, ਮੈਨੂੰ ਨਾ ਕਰੋ, ਕਰਨਾ ਤਾਂ ਕੁਕੜੂ ਕੁੜੂ ਕਰੋ, ਮੈਨੂੰ ਨਾ ਕਰੋ, ਕਰਨਾ ਤਾਂ ਕੁਕੜੂ ਕੁੜੂ ਕਰੋ, ਬਣ ਗਿਆ ਮੁਰਗਾ। ਇੱਕ ਮਿੰਟ ਹੋ ਭਾਈ, ਯਾਰ ਇਹ ਗਲਤ ਗੱਲ ਹੈ ਵੀਰੇ, ਏਦਾਂ ਯਾਰ ਤੁਸੀਂ ਮੈਨੂੰ ਹਾਲ ਪਵਾਤੇ ਸੀ, ਬ੍ਰੇਕ ਲਾਤੀ ਮੈਂ। ਭਾਜੀ ਥੈਂਕ ਯੂ ਸੋ ਮਚ, ਕੁਕੜੂ ਕੁੜੂ ਤਾਂ ਕਹਿ ਦੋ, ਕੁਕੜੂ ਕੁੜੂ ਹੋ ਗਿਆ। ਓਕੇ ਡਾਰਲਿੰਗ, ਲਵ ਯੂ ਮੇਰੀ ਜਾਨ, ਆਈ ਲਵ ਯੂ ਮੇਰੀ ਜਾਨ, ਹਾਲ ਪਾਤਾ ਸੀ ਮੇਰੇ ਗਰੀਬ ਦੇ। ਮਿਰਚੀ ਮੁਰਗਾ, ਮਿਰਚੀ ਮੁਰਗਾ, ਮਿਰਚੀ।